ਅੱਜ ਮੈਂ ਜਿਹੜੇ ਫੂਡ ਦੀ ਤੁਹਾਡੇ ਨਾਲ ਗੱਲ ਕਰਨੀ ਆ ਇਹ ਮਸਲ ਗੇਨ ਲਈ ਫੈਟ ਲੌਸ ਲਈ ਤੇ ਆਪਣੀ ਹੈਲਥ ਲਈ ਬਹੁਤ ਤਕੜਾ ਇੱਕ ਫੂਡ ਆ ਹਰ ਇੱਕ ਬੰਦਾ ਇਹਨੂੰ ਆਪਣੀ ਡਾਈਟ ਚ ਐਡ ਕਰਦਾ ਚਾਹੇ ਉਹ ਬੋਡੀ ਬਿਲਡਿੰਗ ਹੋਵੇ ਚਾਹੇ ਪਲਵਾਨੀ ਹੋਵੇ ਚਾਹੇ ਕਬੱਡੀ ਵਾਲੇ ਹੋਣ ਤੁਸੀਂ ਇਹ ਫੂਡ ਦਾ ਨਾਮ ਵੀ ਸੁਣਿਆ ਹੋਊਗਾ ਬਦਾਮ ਹਰ ਇੱਕ ਬੰਦਾ ਕਹਿੰਦਾ ਬਦਾਮ ਖਾ ਲਓ ਵੀ ਜਾਨ ਹੋਊਗੀ ਮਸਲ ਗੇਨ ਹੋਣਗੇ ਪਰ ਆਪਾਂ ਸਿਰਫ ਫੈਕਟ ਬੇਸਡ ਤੁਹਾਨੂੰ ਇਨਫੋਰਮੇਸ਼ਨ ਦੱਸ ਸਕਦੇ ਆ ਕਿ ਪਿੱਛੋ ਫੂਡ ਕਿਵੇਂ ਕੰਮ ਕਰਦਾ ਕਿਉਂਕਿ ਜੇ ਉਹ ਚੀਜ਼ਾਂ ਪਤਾ ਲੱਗੀਆਂ ਫਿਰ ਬੰਦਾ ਇਹਨੂੰ ਅਗਨੋਰ ਨਹੀਂ ਕਰਦਾ ਦਿਲ ਦਿਮਾਗ ਤੇ ਲੈ ਕੇ ਪੱਕੇ ਉਹ ਚੀ ਪਿਛੋਕੀ ਬੈਨੀਫਿਟ ਨੇ ਬਦਾਮਾਂ ਦੇ ਵਿੱਚ ਬਹੁਤ ਜ਼ਿਆਦਾ ਵਧੀਆ ਚੀਜ਼ਾਂ ਹੁੰਦੀਆਂ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਬਹੁਤ ਵਧੀਆ ਚੀਜ਼ ਹੈ ਮਿਨਰਲ ਮੈਗਨੀਸ਼ੀਅਮ ਮੈਗਨੀਸ਼ੀਅਮ ਦੇ ਥੋੜੀ ਬੋਡੀ ਨੂੰ ਆਪਦੇ ਬਹੁਤ ਬੈਨੀਫਿਟ ਹੈ ਨੇ ਦੇਖੋ ਬਹੁਤ ਸਾਰੀਆਂ ਸਟੱਡੀਆਂ ਹੋਈਆਂ ਨੇ ਮੈਂ ਤੁਹਾਨੂੰ ਪਹਿਲਾਂ ਫੈਕਟ ਸਮਝਾਉਣਾ ਫਿਰ ਆਪਾਂ ਅਸਲੀ ਗੱਲ ਤੇ ਆਵਾਂਗੇ ਡਾਇਬੀਟੀਜ਼ ਦੇ ਮਰੀਜ਼ਾਂ ਤੇ ਜਿਨ੍ਹਾਂ ਦਾ ਬਲੱਡ ਸ਼ੂਗਰ ਹਾਈ ਸੀਗਾ ਉਹਨਾਂ ਤੇ ਬਹੁਤ ਸਟੱਡੀ ਹੋਈਆਂ ਨੇ ਜਿਨ੍ਹਾਂ ਦਾ ਹਾਈ ਸੀ ਤੇ ਜਿਹੜੇ ਬੰਦੇ ਨੂੰ ਰਿਸਕ ਸੀਗਾ ਹਾਈ ਬਲੱਡ ਸ਼ੂਗਰ ਹੋਣ ਦਾ ਉਹਨਾਂ ਨੂੰ ਮੈਗਨੀਸ਼ੀਅਮ ਦੇ ਫੂਡ ਦਿੱਤੇ ਜਾਂ ਫਿਰ ਸਪਲੀਮੈਂਟ ਦਿੱਤੇ ਦੇਖਿਆ ਗਿਆ ਕਿ ਉਹਨਾਂ ਦਾ ਬਲੱਡ ਸ਼ੂਗਰ ਕੰਟਰੋਲ 'ਚ ਆਇਆ ਨੰਬਰ 2 ਤੇ ਉਹਨਾਂ ਦਾ ਹੋਮਾ ਆਈਆਰ ਜਾਨੀ ਕਿ ਇੱਕ ਇਨਸੂਲਿਨ ਦਾ ਟੈਸਟ ਹੁੰਦਾ ਇਨਸੂਲਿਨ ਵੀ ਬੋਡੀ 'ਚ ਵਧੀਆ ਕੰਮ ਕਰਿਆ ਜੇ ਉਹ ਮੈਗਨੀਸ਼ੀਅਮ ਦਾ ਸਪਲੀਮੈਂਟ ਲੈਂਦੇ ਨੇ ਇੱਥੋਂ ਆਪਾਂ ਨੂੰ ਜਿਹੜੀ ਮੇਨ ਗੱਲ ਇਹ ਸਮਝ ਆਉਂਦੀ ਆ ਕਿ ਜਦੋਂ ਵੀ ਆਪਾਂ ਕੋਈ ਕਾਰਬ ਫੂਡ ਖਾਂਦੇ ਆ ਤੇ ਉਹਦੇ ਨਾਲ ਆਪਣਾ ਜਾਂਦਾ ਬਲੱਡ ਸ਼ੂਗਰ ਹਾਈ ਕਿਉਂਕਿ ਕਾਰਬ ਦਾ ਬੋਡੀ 'ਚ ਸ਼ੂਗਰ ਬਣਦੀ ਆ ਆਪਾਂ ਮਸਲ ਗੇਨ ਕਰ ਰਹੇ ਨੇ ਆਪਾਂ ਚਾਹੁੰਦੇ ਆ ਕਾਰਬ ਨੂੰ ਆਪਾਂ ਆਪਣੇ ਮਸਲਾਂ ਦੀ ਯੂਜ਼ ਕਰੀਏ ਉਹ ਤੋਂ ਆਪਾਂ ਊਰਜਾ ਬਣਾਈਏ ਉਹ ਗਲਤ ਨਾ ਯੂ ਜੇ ਥੋੜਾ ਇਨਸੂਲਿਨ ਤੇ ਥੋੜਾ ਬਲੱਡ ਸ਼ੂਗਰ ਕੰਟਰੋਲ ਚਾ ਫਿਰ ਪ੍ਰੋਟੀਨ ਤੇ ਕਾਰਬੋਨ ਥੋੜੀ ਬੋਡੀ ਥੋੜੇ ਮਸਲ ਸੈਲ ਵਧੀਆ ਐਬਜ਼ਾਰਬ ਕਰਨਗੇ ਮਤਲਬ ਜੇ ਤੁਸੀਂ ਕੋਈ ਵੀ ਕਾਰਬ ਵੀ ਲੈਨੇ ਉਹਦੇ ਨਾਲ ਤੁਸੀਂ ਬਦਾਮ ਐਡ ਕਰਦੇ ਹੋ ਤਾਂ ਉਹ ਕਾਰਬ ਥੋੜੀ ਬੋਡੀ ਮਸਲਾ ਚ ਜ਼ਿਆਦਾ ਹੀ ਹੋਲਡ ਕਰੂਗੀ ਨਾ ਕਿ ਥੋੜੇ ਬਲੱਡ ਚ ਹਾਈ ਰਹੂਗਾ ਤੇ ਜਿੰਨਾ ਟਾਈਮ ਬਲੱਡ ਚ ਹਾਈ ਰਹੂਗਾ ਇਨਸੂਲਿਨ ਹਾਈ ਰਹੂਗਾ ਥੋੜੀ ਬੋਡੀ ਨੂੰ ਉਹਨਾਂ ਟਾਈਮ ਫੈਟ ਬਾਹਰ ਨਹੀਂ ਕਰਨੀ ਮਤਲਬ ਮੈਗਨੀਸ਼ੀਅਮ ਮਿਨਰਲ metabolic health metabolic health ਕੀ ਹੁੰਦੀ ਆ ਕਿ ਥੋੜੀ ਬੋਡੀ ਨੇ ਕਿਹਦੇ ਲਈ ਕਿਵੇਂ ਬਰਨ ਕਰਨੀ ਆ ਕਿਵੇਂ ਸਟੋਰ ਕਰਨੀ ਆ ਉਹਦੇ ਲਈ ਨੰਬਰ 1 ਇਹ ਜਿਹੜਾ ਮਿਨਰਲ ਆ ਤਿੰਨ ਤਰੀਕਿਆਂ ਨਾਲ ਪਹਿਲਾਂ ਕੰਮ ਕਰਦਾ ਬਾਕੀ ਬੈਨੀਫਿਟ ਮੈਂ ਤੁਹਾਨੂੰ ਦੱਸ ਦਾਂ ਨੰਬਰ 1 ਤੇ ਇੱਕ ਤਾਂ ਜਿਵੇਂ ਮੈਂ ਕਿਹਾ ਸੀਗਾ ਕਿ ਇਨਸੂਲਿਨ ਦੀ ਪ੍ਰੋਡਕਸ਼ਨ ਕਰਨ ਚ ਉਹ ਮੈਗਨੀਸ਼ੀਅਮ ਚ ਹੈਲਪ ਕਰਦਾ ਇਨਸੂਲਿਨ ਸੈਂਸਿਟੀਵਿਟੀ ਵਧਾਉਂਦਾ ਹੁਣ ਜਿਹੜੇ ਬੰਦੇ ਜ਼ਿਆਦਾ 슈ਗਰ ਖਾਂਦੇ ਨੇ ਕਾਰਬ ਖਾਂਦੇ ਨੇ ਉਹ ਕਾਰਬ ਖਾਈ ਜਾਂਦੇ ਨੇ ਕਾਰਬ ਮਸਲਾਂ ਚ ਹੋਲਡ ਨਹੀਂ ਹੁੰਦਾ ਤਾਂ ਹੀ ਤਾਂ ਉਹਨਾਂ ਦੇ ਮਸਲ ਫੁੱਲ ਨਹੀਂ ਰਹਦੇ ਕਿਉਂਕਿ ਕਾਰਬ ਥੋੜੇ ਮਸਲ ਤੇ ਜਾ ਕੇ ਫੁੱਲਨੈਸ ਬਣਾ ਕਾਰਬੋ ਮਸਲ ਚੁਣ ਕੇ ਮਸਲ ਫੋਲ ਲੱਗਣਗੇ ਮਸਲਾ ਦੇ ਵਿੱਚ ਗਲਾਈਕੋਜਨ ਹੋਲਡ ਹੋਊਗੀ ਬੇੜ ਜਿਆਦੇ ਚੱਕੇਗੇ ਉਹ ਇੰਜਰੀ ਨਹੀਂ ਹੋਊਗੀ ਠੀਕ ਹੈ ਉਦਾਂ ਹੀ ਜਿਹੜਾ ਮਸਲਾ ਕੱਲਾ ਪ੍ਰੋਟੀਨ ਦਾ ਨਹੀਂ ਬਣਦਾ ਉਹ ਚ ਵਾਟਰ ਹੋਲਡ ਹੁੰਦਾ 1 ਗ੍ਰਾਮ ਕਾਰਬ 3 ਗ੍ਰਾਮ ਵਾਟਰ ਹੋਲਡ ਕਰਦੀ ਆ ਤਾਂ ਹੀ ਤਾਂ ਕਰਟੀਨ ਗੂਲੂਗੋਸ਼ ਗਲਾਈਕੋਜਨ ਯਾਨੀ ਸਾਰੀਆਂ ਚੀਜ਼ਾਂ ਮਿਲ ਕੇ ਤੁਹਾਡੇ ਮਸਲ ਦੀ ਇੱਕ ਫੋਲਰ ਲੋਕ ਆਉਂਦੀ ਆ ਉਹ ਇੱਕ ਗੇਮ ਪਲਾਨ ਹੁੰਦਾ ਕੱਲਾ ਉਹ ਚ ਪ੍ਰੋਟੀਨ ਨਹੀਂ ਹੁੰਦਾ ਸੋ ਇਹ ਇਹ ਦਿਮਾਗ ਵਾਲੀਆਂ ਚੀਜ਼ਾਂ ਨੇ ਇੱਕ ਤਾਂ ਇਹ ਚੀਜ਼ ਹੋਊਗੀ ਇਨਸੂਲਿਨ ਸੈਂਸਿਟੀਵਿਟੀ ਵਧੂਗੀ ਨੰਬਰ 10 ਤੇ ਹੈਲਪ ਕਰਦਾ ਜੀਨ ਐਕਸਪ੍ਰੈਸ਼ਨ ਚ ਮੰਨ ਲਓ ਕਿ ਥੋੜੇ ਮਾਈਟੋਕਾਂਡਰੀਆ ਜਿਹੜੀਆਂ એનર્ਜੀ ਫੈਕਟਰੀਆਂ ਨੇ ਮਾਈਟੋਕਾਂਡਰੀਆ ਦੀ ਬਾਇਓਜੈਨੇਸਿਸ ਹੁੰਦੀ ਆ ਮਤਲਬ ਉਹ ਜ਼ਿਆਦਾ ਵੱਧਦੇ ਨੇ ਫਿਰ ਥੋੜੀ ਬਾਡੀ ਉਹ ਥੋੜੀ ਜਿਹੜੀ ਬਾਡੀ ਤੇ ਫੈਟ ਆ ਉਹਨੂੰ ਵੀ ਬਿਹਤਰ ਯੂਜ਼ ਕਰੂਗੀ ਜਿਹੜਾ ਤੁਸੀਂ ਕਾਰਬ ਖਾਣੇ ਹੋ ਉਹਨੂੰ ਵੀ ਬਹੁਤ ਹੱਦ ਤੱਕ ਜਾ ਕੇ ਥੋੜੀ ਬਾਡੀ ਮਾਈਟੋਕਾਂਡਰੀ ਦੇ ਵਿੱਚ ਯੂਜ਼ ਕਰੂਗੀ ਤੇ ਨਾਲੇ ਥੋੜੀ ਬਾਡੀ ਦੇ ਵਿੱਚ એનર્ਜੀ ਪ੍ਰੋਡਕਸ਼ਨ ਦਾ ਵੀ ਕੰਮ ਕਰਦਾ ਮੈਗਨੀਸ਼ੀਅਮ ਸੋ ਹੋਰ ਇੱਕ ਚੀਜ਼ ਕਰਦਾ ਇਹ ਨਾਲ ਇਹਦੇ ਗਲੂਟ 1 ਟਰਾਂਸਪੋਰਟਰ ਨੂੰ ਵਧਾਉਂਦਾ ਹੁਣ ਉਹ ਕੀ ਹੁੰਦੇ ਮੈਂ ਗਲੂਟ 4 ਦੀ ਗੱਲ ਕਰ ਦੋਨਾ ਕਿ ਤੁਹਾਨੂੰ ਗਲੂਟ 4 ਦੀ ਇੱਕ ਗਲੂਟ 1 ਵੀ ਹੁੰਦੇ ਨੇ ਜਿੰਨੀਆਂ ਤੁਹਾਡੇ ਕੋਲ ਜਿਹੜੇ ਟਰਾਂਸਪੋਰਟਰ ਹੋਣਗੇ ਇਹ ਤੁਹਾਡੇ ਗੁਰੂ ਗੋਸ਼ ਨੂੰ ਗ੍ਰੈਬ ਕਰਕੇ ਮਤਲਬ ਬਲੱਡ ਚੋਂ ਫੜ ਕੇ ਮਸਲ ਸੈਲ ਦੇ ਵਿੱਚ ਜਾਂ ਬਾਡੀ ਦੇ ਅੱਡੜ ਪਾਰਟਾਂ ਤੱਕ ਲੈ ਕੇ ਜਾਂਦੇ ਨੇ ਜਿੱਥੇ ਉਹਨਾਂ ਦੀ ਲੋਡ ਹੁੰਦੀ ਆ ਇਹ ਟਰਾਂਸਪੋਰਟਰਾਂ ਕਰਕੇ ਹੁੰਦੀ ਆ ਮਤਲਬ ਗਲੂਟ 4 ਨੇ ਗਲੂਟ 1 ਨੇ ਜਿੰਨੀਆਂ ਇਹ ਮਤਲਬ ਗੁਰੂ ਗੋਸ਼ ਨੂੰ ਫੜਨ ਵਾਲੀਆਂ ਬੱਸਾਂ ਆਪਣੀ ਬਾਡੀ 'ਚ ਹੋਣਗੀਆਂ ਓਨੀਆਂ ਹੀ ਆਪਣੀ ਬਾਡੀ ਬਲੱਡ ਚੋਂ ਛੇਤੀ ਉਹ ਕਾਰਬ ਨੂੰ ਕੱਢ ਕੇ ਮਸਲ 'ਚ ਲੈ ਕੇ ਆਊਗੀ ਤੋ ਇਹ ਚੀਜ਼ ਵੀ ਹੈਲਪ ਕਰਦਾ ਠੀਕ ਆ ਇੰਸੂਲਿਨ ਸੈਂਸਿਟੀਵਿਟੀ ਮਾਈਟੋਕਾਂਡਰੀਆ ਬਾਇਓ ਜਨੈਸਿਸ ਤੇ ਗਲੂਟ 1 ਇਹ ਚੀਜ਼ਾਂ 'ਚ ਹੈਲਪ ਕਰਦਾ ਤੇ ਹੋਰ ਬਦਾਮਾਂ 'ਚ ਵਿੱਚ ਇੱਕ ਬਹੁਤ ਵਧੀਆ ਚੀਜ਼ ਹੁੰਦੀ ਆ ਵਿਟਾਮਿਨ E ਬਹੁਤ ਤਕੜਾ ਇੱਕ ਐਂਟੀਆਕਸੀਡੈਂਟ ਆ ਐਂਟੀਆਕਸੀਡੈਂਟ ਥੋੜੀ ਬੋਡੀ ਲਈ ਜ਼ਰੂਰੀ ਨੇ ਥੋੜੀ ਬੋਡੀ ਤੇ ਸਟ्रेस ਬਹੁਤ ਆਉਂਦਾ ਹਰ ਇੱਕ ਚੀਜ਼ ਦਾ ਠੀਕ ਆ ਜਿੰਨੇ ਐਂਟੀਆਕਸੀਡੈਂਟ ਹੋਣਗੇ ਓੰਨੀ ਥੋੜੀ ਬੋਡੀ ਛੇਤੀ ਰਿਕਵਰ ਕਰੂਗੀ ਥੋੜੀ ਸਕਿਨ ਲਈ ਵਧੀਆ ਥੋੜੇ హెਅਰ ਲਈ ਵਧੀਆ ਤੇ ਹੁਣ ਬਦਾਮਾਂ ਦੇ ਵਿੱਚ ਹੋਰ ਵੀ ਹੁੰਦੀ ਹੈ ਹੈਲਦੀ ਫੈਟ ਹ ਪੌਨੁਕ ਐਕਸਟਰਾ ਬਹੁਤ ਵਧੀਆ ਹਾਰਟ ਹੈਲਦੀ ਫੈਟ ਆਉਂਦੀ ਆ ਬਦਾਮਾਂ 'ਚ ਦੇਖੋ ਇਹਦੇ ਕਿੰਨੇ ਬੈਨੀਫਿਟ ਨੇ ਮੈਗਨੀਸ਼ੀਅਮ ਤੁਹਾਡੇ ਮਸਲ ਰਿਲੈਕਸ ਕਰਦਾ ਮੈਗਨੀਸ਼ੀਅਮ ਨਾਲ ਤੁਹਾਡੀ ਏਟੀਬੀ ਵਧੀਆ ਮੰਨ ਲਓ 300 ਤੋਂ ਵੱਧ ਬਾਡੀ ਦੇ ਵਿੱਚ ਐਨਜ਼ਾਈਮ ਐਕਟੀਵਿਟੀ 'ਚ ਕੰਮ ਕਰਦਾ ਜਿਹੜੀ એનર્ਜੀ ਪ੍ਰੋਡਕਸ਼ਨ 'ਚ ਕੰਮ ਕਰਦੀ ਆ ਸਲੀਪ ਵਧੀਆ ਹੋਊਗੀ એનર્ਜੀ ਵਧੀਆ ਬਣੂਗੀ ਬਾਡੀ ਦੀ ਮਸਲ ਰਿਲੈਕਸ ਕਰਦਾ ਜੇ ਕਿਸੇ ਨੂੰ ਕਬਜ਼ਾ ਕਹਿੰਦੇ ਨਹੀਂ ਉਹਦੇ ਮੈਗਨੀਸ਼ੀਅਮ ਲੈ ਲਓ ਕਿਉਂਕਿ ਇਹ ਥੋੜੇ ਕੌਲਰ ਮਸਲ ਨੂੰ ਵੀ ਰਿਲੈਕਸ ਕਰਦਾ ਸੋ ਸਾਰੇ ਨਰਵਸ ਸਿਸਟਮ ਜਾਂ ਮਸਲਾਂ ਨੂੰ ਜਾਂ ਸਾਰੀ ਬੋਡੀ ਨੂੰ ਰਿਲੈਕਸ ਕਰਨ ਦੇ ਵਿੱਚ ਮੈਗਨੀਸ਼ੀਅਮ ਮਿਨਰਲ ਦਾ ਬਹੁਤ ਤਕੜਾ ਇੱਕ ਰੋਲ ਆ ਗੁੱਡ ਕੁਆਲਿਟੀ ਸਲੀਪ ਚ ਇਹਦੇ ਸਾਨੂੰ ਤਾਂ ਵੀ ਮੈਗਨੀਸ਼ੀਅਮ ਦੀ ਲੋੜ ਆ ਸੋ ਇੰਨੇ ਜ਼ਿਆਦਾ ਬੈਨੀਫਿਟ ਨੇ ਤੇ ਬਾਕੀ ਬਦਾਮਾਂ ਵਿੱਚ ਫਾਈਬਰ ਵੀ ਹੁੰਦੀ ਆ ਤੁਹਾਨੂੰ ਕਬਜ ਵਗੈਰਾ ਦੀ ਸਮੱਸਿਆ ਨਹੀਂ ਰਹਿੰਦੀ ਹੁਣ ਖਾਣੇ ਕਿੰਨੇ ਨੇ ਦਿਨ ਦੇ ਵਿੱਚ 20 ਜਾਂ ਫਿਰ 40 ਵੀ ਖਾ ਸਕਦੇ ਆ ਕਿੰਨੀ ਕੁ ਤੁਹਾਡੀ ਇੰਟੈਂਸਿਟੀ ਆ ਕਿੰਨੇ ਕੁ ਤੁਸੀਂ ਹਾਈ ਲੈਵਲ ਤੇ ਵਰਕਆਊਟ ਕਰਦੇ ਹੋ ਕਿੰਨੇ ਤੁਹਾਡੇ ਕੋ ਮਸਲ ਨੇ ਕਿੰਨੀ ਤੁਹਾਡੀ ਬੋਡੀ ਚੱਲਦੀ ਆ ਈਵ ਫਾਟਾ ਤੱਕ ਵੀ ਖਾ ਸਕਦੇ ਨੇ ਜਿਹੜੇ ਰੈਸਲਰ ਨੇ ਜਾਂ ਪਲਵਾਨ ਨੇ ਹੁਣ ਕਈ ਵਾਰ ਜ਼ਿਆਦਾ ਵੀ ਖਾਂਦੇ ਨੇ ਛਿਲਕਾ ਲਾ ਕੇ ਖਾ ਸਕਦੇ ਹੋ ਤੁਸੀਂ ਇਹਨਾਂ ਨੂੰ ਭੋਂ ਕੇ ਖਾ ਸਕਦੇ ਹੋ ਛੇਤੀ ਬਾਡੀ ਜਹਾਜਮ ਆ ਜਾਂਦੇ ਨੇ ਕਿਉਂਕਿ ਫਾਈਟਿਕ ਐਸਿਡ ਹੁੰਦਾ ਉਹ ਵੀ ਨਿਕਲ ਜਾਂਦਾ ਮੈਂ ਤਾਂ ਦੂਜੇ ਲੋਟੇ ਖਾ ਲੈਣਾ ਉਹਦਾ ਜੇ ਜ਼ਿਆਦਾ ਮਤਲਬ ਕੁਆਂਟੀਟੀ ਚ ਖਾਣੇ ਨੇ ਤੁਸੀਂ ਭੋਂਗੇ ਵੀ ਖਾ ਸਕਦੇ ਹੋ ਕੋਈ ਉਹਦਾ ਮਤਲਬ ਆਪ ਨੂੰ ਸਾਈਡ ਇਫੈਕਟ ਨਹੀਂ ਫਾਇਦੇ ਨੇ ਥੋੜੇ ਛੇਤੀ ਹਾਜਮ ਹੋ ਕਿਉਂਕਿ ਰਾਤ ਨੂੰ ਪੀਂਉਂਤੀ ਹੋਈ ਚੀਜ਼ ਅੱਧੀ ਤਾਂ ਜ਼ਿਆਦਾ ਛੇਤੀ ਹਾਜਮ ਆ ਜਾਂਦੀ ਆ ਆਪਣੇ ਹੁਣ ਲੈਣੇ ਕਿਵੇਂ ਨੇ ਗੁੱਡ ਕੁਆਲਿਟੀ ਦੇ ਲੈਣੇ ਨੇ ਬਾਦਾਮ ਦੇਖੋ ਮਾਰਕੀਟ ਦੇ ਵਿੱਚ ਸਸਤੇ ਵੀ ਬਹੁਤ ਆਉਂਦੇ ਨੇ ਤੁਹਾਨੂੰ ਪਤਾ ਕਈ ਘੱਟ ਰੁਪਏ ਕਿਲੋ ਵੀ ਹੁੰਦੇ ਨੇ ਉਦਾਂ ਹੀ ਸੌਂਗੜੇ ਜੇ ਲੱਗਦੇ ਨੇ ਤੇਲ ਤੂਲ ਜਾਂ ਕੱਢਿਆ ਹੁੰਦਾ ਨਾ ਜੋ ਥੋੜੇ ਬਹੁਤ ਯਾਰ ਜੇ ਬਹੁਤ ਜ਼ਿਆਦਾ ਹਾਈ ਕੁਆਲਿਟੀ ਦੇ ਨਹੀਂ ਲੈਣੇ ਮੀਡੀਅਮ ਲੈ ਲਓ ਤਾਂ ਕਿ ਥੋੜਾ ਜਿਹਾ ਬਾਦਾਮ ਦੇ ਵਿੱਚ ਕਿਉਂਕਿ ਮੈਂ ਇਸ ਤੋਂ ਇੱਥੇ ਵੀ ਮੈਂ ਸਟੋਰਾਂ 'ਚ ਦੇਖਿਆ ਮੈਂ ਇੱਥੇ ਕਾਸਕੋ ਚ ਲੈਣਾ ਹਾਂ ਨਾ ਮੈਂ ਹੋਸਟ ਸਟੋਰਾਂ 'ਚ ਵੀ ਲੈਏ ਨੇ ਕਾਸਕੋ ਵਾਲੇ ਦੀ ਕੁਆਲਿਟੀ ਤੇ ਉਹਨਾਂ ਦੇ ਟੇਸਟ 'ਚ ਫਰਕ ਆ ਮਤਲਬ ਕੁਆਂਟੀਟੀ ਘੱਟ ਲੈ ਲਓ ਪਰ ਕੁਆ ਤੇ ਹੋਰ ਤੁਸੀਂ ਮੈਗਨੀਸ਼ੀਅਮ ਦੇ ਹੋਰ ਬਹੁਤ ਰਿਚ ਫੂਡ ਨੇ ਤੁਸੀਂ ਸਰਚ ਕਰ ਸਕਦੇ ਹੋ ਹੋਰ ਕਿਹੜੇ ਫੂਡਾਂ ਦੇ ਵਿੱਚ ਮੈਗਨੀਸ਼ੀਅਮ ਬਹੁਤ ਹੁੰਦਾ ਜਾਂ ਫਿਰ ਪੰਪਕਿਨ ਸੀਡ ਚ ਮੈਗਨੀਸ਼ੀਅਮ ਬਹੁਤ ਹੁੰਦਾ ਤੇ ਮੈਨੂੰ ਲੱਗਦਾ ਕਿਉਂਕਿ ਯਾਰ ਮੈਂ ਮੈਗਨੀਸ਼ੀਅਮ ਬਾਰੇ ਬਹੁਤ ਜ਼ਿਆਦਾ ਸਟੱਡੀ ਕਰੀਆ ਬਹੁਤ بڑا ਮੈਗਨੀਸ਼ੀਅਮ ਦਾ ਫੈਨ ਆ ਸੋ ਮੈਂ ਇੱਕ ਗੁੱਡ ਕੁਆਲਿਟੀ ਦਾ ਮੈਗਨੀਸ਼ੀਅਮ ਸਪਲੀਮੈਂਟ ਅਭੀ ਪੱਕਾ ਹੀ 200 ਐਮਜੀ ਦਾ ਆਪਣੀ ਡਾਈਟ ਦੇ ਵਿੱਚ ਬਿਫੋਰ ਬੈਡ ਜਾਨਕੀ ਡਿਨਰ ਮੀਲ ਦੇ ਨਾਲ ਪੱਕਾ ਹੀ ਐਡ ਕਰਿਆ ਹੋਇਆ ਕਿਉਂਕਿ ਯਾਰ ਬਹੁਤ ਜ਼ਿਆਦਾ ਜਿਵੇਂ ਜਿਵੇਂ ਹੁਣ ਆਪਾਂ ਮੈਂ ਤੁਹਾਨੂੰ ਦੱਸਿਆ ਪ੍ਰੋਟੀਨ ਕਾਰਬੋਹਾਈਡਰੇਟ ਹੀ ਕਰੀ ਜਾਂਦੇ ਆ ਮੇਨ ਕੰਮ ਪਿੱਛੇ ਬਹੁਤ ਤਕੜੇ ਕੰਮ ਇਹ ਮਿਨਰਲ ਵਿਟਾਮਿਨ ਕਰਦੇ ਹੁੰਦੇ ਨੇ ਜੋ ਕਿ ਬਹੁਤ ਜਿਆਦਾ ਜ਼ਰੂਰੀ ਨੇ ਆਪਣੀ ਬਾਡੀ ਲਈ ਸੋ ਆਹੀ ਸੀਗੀ ਇਨਫੋਰਮੇਸ਼ਨ ਬਦਾਮ ਤਾਂ ਮੈਂ ਮੈਂਸ਼ਨ ਕਰੇ ਨੇ ਕਿਉਂਕਿ ਹਰ ਇੱਕ ਬੰਦੇ ਦੀ ਡਾਈਟ ਦੇ ਵਿੱਚ ਇਹ ਹੈਗੇ ਨੇ ਪਰ ਕਈ ਵਾਰ ਆਪਾਂ ਇਗਨੋਰ ਕਰ ਦਿੰਨੇ ਆ ਵੀ ਛੱਡ ਸੋ ਹੈਲਦੀ ਫੈਟ ਐਜ਼ ਅ ਹੈਲਦੀ ਫੈਟ ਇਹਨਾਂ ਨੂੰ ਐਡ ਕਰੋ ਤੇ ਜਦੋਂ ਤੁਹਾਨੂੰ ਪਤਾ ਲੱਗੇ ਕਿ ਆ ਆਈਟਮ ਦੇ ਆਹ ਬੈਨੀਫਿਟ ਨੇ ਫਿਰ ਬੰਦਾ ਪੂਰਾ ਸੀਰੀਅਸ ਲੈ ਕੇ ਉਹ ਚੀਜ਼ ਨੂੰ ਐਡ ਕਰਦਾ ਠੀਕ ਆ ਜੀ ਸੋ ਇਹੀ ਸੀਗੀ ਅੱਜ ਦੀ ਬਦਾਮਾਂ ਤੇ ਮੈਗਨੀਸ਼ੀਅਮ ਤੇ ਜੋ ਹੋਰ ਵੀ ਬੈਨੀਫਿਟ ਹਨ ਨੇ ਉਹਦੇ ਤੇ ਵੀਡੀਓ ਤੇ ਹੁਣ ਆਪਾਂ ਮਿਲਦੇ ਆਂ ਨੈਕਸਟ ਵਾਂਚ ਜਿਸ ਹੈਰੀ ਬਡੇਰ ਵਾਈ ਨੂੰ ਮੇਰ ਕਰੇ ਲਵ ਜੂ